ਅਸਲਾਮੁਆਲਿਕ ਭਾਈ ਜਾਨ ਤੁਸੀਂ ਵੇਖ ਰਹੇ ਆਪਣਾ YouTube ਚੈਨਲ ਪਿੰਡਾਂ ਦੇ ਜੁਗਨ ਔਰ ਮੈਂ ਗੱਲ ਕਰ ਰਿਹਾ ਤੁਹਾਡਾ ਜੁਗਨੋ ਭਰਾ ਦੇਖੋ ਭਾਈ ਜਾਨ ਕਿੰਨੀ ਜ਼ਿਆਦਾ ਸਰਦੀ ਹੈ شدت ਮਤਲਬ ਕਿ ਇਤਨੀ ਹੋ ਗਈ ਹੈ ਕਿ ਦਿਨ ਦਿਹਾੜੇ ਹੁਣ 8 ਵਜੇ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਇਤਨੀ ਜ਼ਿਆਦਾ ਸਰਦੀ ਚਾਰਜ ਫਿਰੇ ਧੁੰਦੀ ਧੁੰਨ ਛਾਈ ਹੋਈ ਹੈ ਦੇਖੋ ਮੈਂ ਤੁਹਾਨੂੰ ਬੈਕ ਸਾਈਡ ਵੀ ਦਿਖਾਣਾ ਭਾਈ ਜਾਨ ਦੇਖੋ ਆਲ ਦਵਾਰ ਕਿੰਨੀ ਜ਼ਿਆਦਾ ਧੁੰਦ ਹੈ ਸਰਦੀ ਦੀ ਲਹਿਰ ਇਤਨੀ ਜ਼ਿਆਦਾ ਹੋ ਚੁੱਕੀ ਹੈ ਨਾ ਕਿ ਬਹੁਤ ਜ਼ਿਆਦਾ ਆ ਦੇਖੋ ਤਨ ਇਥੇ ਬਰਫ਼ ਜੰਮੀ ਹੋਈ ਵੀ ਦਿਖਾਣੇ ਆ ਇਥੇ ਪੱਠਿਆਂ ਦੇ ਉੱਤੇ ਇਹ ਦੇਖੋ ਇਹ ਦੇਖੋ ਕਿਸ ਤਰ੍ਹਾਂ ਪੱਠਿਆਂ ਦੇ ਉੱਪਰ ਹੈ ਇਹ ਕਿਸ ਤਰ੍ਹਾਂ ਜੰਮੀ ਹੋਈ ਇਹ ਬਰਫ਼ ਮਤਲਬ ਕਿ ਬਹੁਤ ਜ਼ਿਆਦਾ ਸਰਦੀ ਆ ਚੁੱਕੀ ਹੈ ਇਸ ਸਾਲ ਦੀ ਮਤਲਬ ਕਿ ਨਾ مزید ਅੱਗੇ-ਅੱਗੇ ਤੁਹਾਨੂੰ ਜਾਣੇ ਆ ਮੈਂ ਨਹਿਰ ਤੇ ਆ ਜਾ ਰਿਹਾ ਤੈਨੂੰ ਨਹਿਰ ਤੇ ਦਿਖਾਣਾ ਇਹ ਕਣਕ ਵੇਖੋ ਕਣਕ ਦੇ ਉੱਪਰ ਵੀ ਇਸੇ ਤਰ੍ਹਾਂ ਹੀ ਜੰਮੀ ਹੋਈ ਇੱਕ ਚੀਜ਼ ਹੈ ਵੱਯਾਂ ਸਰਦੀ ਇਸ ਕਦਰ ਜ਼ਿਆਦਾ ਹੋ ਗਈ ਹੈ ਕਿ ਬੰਦੇ ਦੀ ਬਰਦਾਸ਼ਤ ਮਤਲਬ ਕਿ ਕਰ ਹੀ ਨਹੀਂ ਸਕਦਾ ਅਸਾਂ ਮੈਦਾਨੀ ਇਲਾਕਿਆਂ ਦੇ ਲੈਣ ਆਣ ਲੋਕ ਆਏ ਉਹ ਮਤਲਬ ਕਿ ਜਿੱਥੇ ਬਰਫ਼ ਜ਼ਿਆਦਾ ਪੈਂਦੀ ਹੈ ਉਸ ਇਲਾਕੇ ਦੇ ਲੋਕ ਵੀ ਉਸੇ ਤਰ੍ਹਾਂ ਦੇ ਹੁੰਦੇ ਨੇ ਉਹ ਬਰਦਾਸ਼ਤ ਕਰ ਲੈਂਦੇ ਲੇਕਿਨ ਸਾਡੇ ਕੋਲ ਮਤਲਬ ਇਤਨੀ ਸਰਦੀ ਵੀ ਬਰਦਾਸ਼ਤ ਨਹੀਂ ਹੋ ਰਹੀ ਉੱਥੇ ਤਾਂ ਬਰਫ਼ਬਾਰੀ ਹੁੰਦੀ ਹੈ ਮਤਲਬ ਕਿ ਉਹ ਲੇਕਿਨ ਉਹ ਲੋਕਾਂ ਦਾ ਮੌਸਮੀ ਹਿਸਾਬ ਨਾਲ ਉਹ ਆਪਣਾ ਰਜਹਾਨ ਬਣੇ ਹੋਇਆ ਅਸੀਂ ਇਤਨੀ ਸਰਦੀ ਨਹੀਂ ਬਰਦਾਸ਼ਤ ਕਰ ਇਹ ਤਾਂ ਉਹ ਹਿਸਾਬ ਬਣਿਆ ਖੜਾ ਜਿਵੇਂ ਉਹ ਮਾਂ ਪੀਓ ਦੀਆਂ ਦਵਾਵਾਂ ਗਰਮੀ ਆਲੀਆਂ ਹੁਣ ਕਬੂਲ ਹੋਈਆਂ ਇਹ ਅੱਲਾ ਸੁਣਿਆ ਮੇਰੇ ਪੁੱਤ ਨਾ ਤਤੀਵਾ ਨ ਲੱਗੇ ਮਰ ਉਹ ਦੁਆ ਹੁਣ ਕਬੂਲ ਹੋਈ ਖੜਤੀ ਉਹ ਸਾਰੀਆਂ ਠੜੀਆਂ ਵਾਵਾ ਹੁਣ ਸਾਰੀਆਂ ਪੁੱਤਾਂ ਦੇ ਚਫੇਰ ਘੁੰਮੀਆਂ ਉਹ ਜ਼ਿਆਦਾ ਸਰੀ ਰੱਜਣ ਆਈ ਵਿਖਾਈ ਕਣਕ ਦੇ ਉੱਪਰ ਵੀ ਇਹ ਕਣਕ ਤੇ ਕਣਕ ਦੇ ਉੱਪਰ ਵੇਖ ਲੈ ਇਹ ਜੰਮੀ ਪਈ ਇਹ ਸਾਰੀ ਬਰਫ਼ ਜੰਮੀ ਪਈ ਸਾਡੇ ਵਾਸਤੇ ਇਤਨੀ ਹੀ ਕਾਫੀ ਹੈ ਜਿਹੜੀ ਹੈ ਜੰਮੀ ਖਲੋਤੀ ਕਿਉਂਕਿ ਸਾ ਅਸਾਂ ਇਤਨੇ ਬਰਦਾਸ਼ ਨੀ ਕਰ ਸਕਦੇ ਅਸਾਂ ਕਮਜ਼ੋਰ ਲੋਕਾਂ ठीक है पहाड़ी इलाक वाले लोग जो बर्दश्त कर लेने एक भाई है जो आ रहे हैं बड़ी स्पीडो गरीब रहे हैं। देखो ओ लैट पर तो नजर आ रही है तो लैट दिखाना। ओ लैट नजर आ रही उ, बड़ी स्पीड ना चला रहे हैं न मोटरसाइकिल किस तरह देखो भाई जान ए भाई मोटरसाइकिल आ रहे हैं कहें शाह जीवने जा रहे हैं छंग पीर का दरबार है शाह जीवना उ रहे उ फौतकी रिश्तेदार मतलब साढ़े भी हैं ਲੇਕਿਨ ਉੱਥੇ ਫੌਤਕੀ ਹੋਈ ਆਈ ਹੈ ਤੇ ਉਸ ਦੀ ਮਕਾਨ ਆਖਣੇ ਜਾ ਰਹੇ ਦੇਖੋ ਸਰਦੀ ਦੇ ਵਿੱਚ ਇੰਨਾ ਵੀ ਕਿਸ ਤਰ੍ਹਾਂ ਪੜਨਾ ਹੈ ਇਹਨਾਂ ਦਾ ਹੀ ਕੰਮ ਹੈ ਯਾਰ ਜਾ ਰਹੇ ਨੇ ਮੇਰੇ ਵਰਗਾ ਤਾਂ ਹੋਵੇ ਤੇ ਗਰੀਬ ਦਿਲ ਕਰੀਏ ਨਹਿਰ ਦੇ ਵਿੱਚ ਹੀ ਢਾਈ ਪਵੇ ਪੁਲ ਕਰਾਸ ਕਰਨ ਲੱਗੇ ਹੁਣ ਮੈਂ ਨਹਿਰ ਤੇ ਪਹੁੰਚਿਆ ਖੜਾ ਤਾਂ ਨਹਿਰ ਤੇ ਵੀ ਖਾਨਾ ਨਹਿਰ ਦਾ ਪਾਣੀ ਇਤਨਾ ਸਰ ਦੇ ਕੇ ਇਤਨਾ ਸਰ ਦੇ ਬੰਦਾ ਢਵੇ ਤੇ ਮੈਂ ਨਾ ਜਾਮ ਹੀ ਜਾਵੇ ਬਰਫ ਜਮਾਨ ਦੀ ਲੋੜ ਹੀ ਕੋਈ ਨਹੀਂ ਡਾਇਰੈਕਟ ਹੀ ਜਮ ਜਮ ਜਾਵੇ ਯਾਨ ਅਸਾਂ ਪਹੁੰਚ ਚੁੱਕਿਆ ਹੁਣ ਨਹਿਰ ਦੇ ਉੱਤੇ ਨਹਿਰ ਦੇ ਉੱਤੇ ਮਾਸ਼ਾਅੱਲਾ ਇਤਨਾ ਨਹਿਰ ਦੇ ਵਿੱਚ ਪਾਣੀ ਬੜਾ ਹੈ ਜਿੰਨ ਜਿੰਨ ਦੀਆਂ ਵਾਰੀਆਂ ਨੇ ਉਹਨਾਂ ਦੇ ਤਾਂ ਮੈਂ ਨਾ ਲਟਰੀ ਨਿਕਲ ਆਈ ਅੱਜ ਤਾਂ ਮਾਸ਼ੱਲਾ ਅੱਗੇ ਦੀ ਐਵਰੇਜ ਤੇ ਹਿਸਾਬ ਨਾਲੂੰ ਚਾਰ ਚਾਰ ਉਂਗਲ ਪਾਣੀ ਉੱਪਰ ਹੈ ਬਹੁਤ ਜ਼ਿਆਦਾ ਮਾਸ਼ੱਲਾ ਪਾਣੀ ਹੈ ਚਲੋ ਇਸ ਹਿਸਾਬ ਨਾਲ ਚੱਲਦਾ ਰਵੇ ਮੈਨਾਂ ਸਾਰੀਆਂ ਦੀਆਂ ਵਾਰੀਆਂ ਲੱਗ ਜਾਂਸੇ ਪਾਣੀ ਬੜਾ ਠੰਡਾ ਹੈ ਹੱਥ ਨਹੀਂ ਪੰਮਦਾ ਵਿੱਚ ਜੇ ਹੱਥ ਪਾ ਵੀਏ ਤੇ ਹੱਜਮ ਜਾਵੇ ਭਾਈ ਜਾਨੇ ਬਹੁਤ ਜ਼ਿਆਦਾ ਸਰਦੀ ਆ ਗਈ ਤੁਸੀਂ ਵੇਖਦੇ ਸੋ ਪਤ ਨਹੀਂ ਚੁੰਨੀ ਕੀਤੀ ਬੰਦਾ ਹੁੰਦਾ ਵੀਡੀਓ ਦੇ ਵਿੱਚ ਇਹ ਚੁੰਨੀ ਨਹੀਂ ਕੀਤੀ ਬੰਦਾ ਇਹ ਸਾਰਾ ਪਾਲੇ ਦਾ ਕਮਾਲ ਹੈ ਪਾਲਾ ਹਰ ਸ਼ੀਜ਼ ਕਰਵਾ ਦਿੰਦਾ ਚੁੰਨੀਆਂ ਛੋੜ ਬੜੇ ਬੜੇ ਕੰਮ ਕਰਵਾ ਦਿੰਦਾ ਇਹ ਤਾਂ ਫਿਰ ਮੈਂ ਚ ਇਹ ਭਾਈਜਾਨ ਸਾਡੇ ਘਰ ਤੋਂ ਤਕਰੀਬਨ ਥੋੜੀ ਦੂਰ ਨਹਿਰ ਆਈ ਇਹ ਨਹਿਰ ਦੇ ਉੱਤੇ ਮੈਂ ਆਇਆ ਵੈਸੇ ਫੇਰਾ ਪੂਰਾ ਮਾਰਨ ਮੈਂ ਕਿਹਾ ਦੇਖਾ ਵੀ ਇਹ ਪਾਣੀ ਪੂਣੀ ਮਤਲਬ ਕਿ ਕਿਤਨਾ ਕਾ ਰਿਹਾ ਹੈ ਨਾਲੇ ਥੋੜਾ ਸਰਦੀ ਦਾ ਵੀ ਸ਼ਿੱਦਤ ਮਹਿਸੂਸ ਹੋਵੇ ਤਾਂ ਕਿ ਅਸਾਂ ਗਰੀਬਾਂ ਦਾ ਵੀ ਅਹਿਸਾਸ ਕਰੀਏ ਨਾ ਥੋੜਾ ਜਿਹਾ ਵੀ ਗਰੀਬ ਲੋਕ ਜਿਹੜੇ ਸੜਕਾਂ ਦੇ ਉੱਪਰ ਪਏ ਹੁੰਦੇ ਨੇ ਅਖਰ ਉਹ ਕਿਸ ਤਰ੍ਹਾਂ ਪਏ ਠੀਕ ਹੈ ਸਾਨੂੰ ਅਮੀਰ ਲੋਕਾਂ ਨੂੰ ਚਾਹੀਦਾ ਹੈ ਗੁਜ਼ਰੀਏ ਤੇ ਜਿਹੜਾ ਵੀ ਗਰੀਬ ਸਾਨੂੰ ਇਸ ਤਰ੍ਹਾਂ ਨਜ਼ਰ ਆਵੇ ਜਰਸੀ ਤੋਂ ਬਗੈਰ ਚਾਦਰ ਤੋਂ ਬਗੈਰ ਜਾਂ ਬੂਟਾਂ ਤੋਂ ਬਗੈਰ ਖਾਸ ਕਰ ਇਸ ਮੌਸਮ ਦੇ ਵਿੱਚ ਸਾਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਉਹਨਾਂ ਨੂੰ ਬੂਟ ਲੈ ਕੇ ਦੇ ਦਿਓ ਪੈਸੇ ਦੇ ਪੈਸੇ ਨਹੀਂ ਦੇਣੇ ਚਾਹੀਦੇ ਕਿਉਂਕਿ ਪੈਸੇ ਨਾਲ ਉਹਨਾਂ ਨੂੰ ਮੰਗਣ ਦੀ ਆਦਤ ਪੈ ਜਾਂਦੀ ਠੀਕ ਹੈ ਉਹਨਾਂ ਦੀ ਜ਼ਰੂਰਤ ਪੂਰੀ ਕਰਨੀ ਚਾਹੀਦੀ ਸਾਨੂੰ ਸਾਨੂੰ ਚਾਹੀਦਾ ਹੈ ਕਿ ਮਤਲਬ ਕਿ ਨਾ ਉਹਨਾਂ ਨੂੰ ਬੂਟ ਲੈ ਕੇ ਦੇ ਦਿਓ ਜਰਸੀ ਲੰਡੇ ਤੋਂ ਲੈ ਕੇ ਦੇ ਦਿਓ ਬੇਸ਼ੱਕ ਲੇਕਿਨ ਉਹਨਾਂ ਦੀ ਥੋੜੀ ਬਹੁਤੀ ਹੈਲਪ ਹੋ ਜਾਂਦੀ ਉਸ وجہ ਤੋਂ ਨਾ ਉਹ ਸਰਦੀ ਤੋਂ ਵੀ बच ਜਾਂਦੇ ਸਿਰਫ ਔਰ ਸਿਰਫ ਅੱਲਾ ਸਾਨੂੰ ਸਾਡੇ ਕੋਲ ਅੱਲਾ ਪਾਕ ਨੂੰ ਸਿਰਫ ਅਹਿਸਾਸ ਦੀ ਜ਼ਰੂਰਤ ਹੈ ਮਤਲਬ ਅਸੀਂ ਆਪਣੇ ਐਸਾ ਇਨਸਾਨਾਂ ਦਾ ਜਿਹੜਾ ਹੈ ਨਾ ਅਹਿਸਾਸ ਕਰੀਏ ਗਰੀਬ ਲੋਕਾਂ ਦਾ ਆਪਣੇ ਤੋਂ نیچے ਦੇਖੀ ਉੱਪਰ ਨਾ ਦੇਖੀ ਠੀਕ ਹੈ